ਆਪਾਂ ਨੂੰ ਬਾਈ ਕਿਉਂ ਚੇਂਜ ਕਰਾਉਣੇ ਪੈ ਗਏ 22 ਇੰਚ ਤੋਂ 20 ਇੰਚ ਵਲੌਗ ਜ਼ਰੂਰ ਦੇਖੋ ਜਾ ਕੇ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਪ੍ਰੋਬਲਮ ਆਈ ਹੈ ਤੇ ਸਾਰੇ ਆਪਣੀ ਗੱਡੀ ਦੇ ਹੀ ਆ ਅੱਛਾ 20 ਦੇ ਹੀ ਆ ਸਾਰੇ ਫੋਰਚੂਨਰ ਨੂੰ ਪੈ ਜਾਂਦੇ ਆ ਹਾਂ ਅਪਰੋਕਸੀਮੇਟਲੀ ਕੋਈ 50,000 ਤੋਂ ਲੈ ਕੇ 60,000 ਦੀ ਰੇਂਜ ਦੇ ਲਾਗੇ ਮਿਲ ਜਾਂਦੇ ਆ ਜਿੱਦਾਂ ਟੋਯੋਟਾ ਦੇ ਲੋਗੋ ਵਾਲੇ ਜਿੱਦਾਂ ਹੁੰਦੇ ਆ ਹੁਣ 20 ਇੰਚ ਦੇ ਵਿੱਚ ਵੀ ਆ ਗਿਆ ਵਾ ਅੱਛਾ ਇਹ ਵੀ ਹੈਗਾ ਹਾਂ ਇਹ ਵੀ ਡਿਜ਼ਾਈਨ ਮਿਲ ਜੇ ਵੀ ਵਿੱਚ ਸਾਰੀਆਂ ਨੂੰ ਪੈ ਜਾਂਦਾ ਨਾ ਫੋਰਚੂਨਰ ਵਗੈਰਾ ਨੂੰ ਜਾਂ ਦੂਜੀਆਂ ਨੂੰ ਇਹ ਕਾਫੀ ਡਿਜ਼ਾਈਨ ਮਿਲ ਜੇਗਾ 20x12 ਦੇ ਵਿੱਚ ਮੇਰੇ ਕੋਲ ਨਵਾਂ ਡਿਜ਼ਾਈਨ ਆਇਆ ਆਥੋਰਾਈਜ਼ਡ ਆ ਗਈ ਆ ਫਿਊਲ ਦੀ ਤੇ ਟਾਇਰ ਦਾ ਆ ਹਾਲ ਹੋ ਜਾਂਦਾ ਹੈ ਮਤਲਬ ਇਹ ਸਾਈਡ ਉੱਡ ਗਈ ਸਾਰੀ ਇਹਦੀ ਧਿਆਨ ਨਹੀਂ ਰਿਹਾ ਕਿਉਂਕਿ ਚੱਲਦੀ ਗੱਡੀ ਜ਼ਿਆਦਾ ਹੈ ਸੀਮੈਂਟ ਵਾਲੇ ਤੇ ਵੱਧ ਉੱਡਦਾ ਇਹ ਸਾਰਾ ਖਾ ਗਿਆ ਮੇਰਾ ਇੱਕ ਚੱਕਰ ਚੀਜ਼ ਤੇ ਐਕਚੁਅਲੀ ਟਾਇਰ ਪਤਾ ਕਿਵੇਂ ਲੱਗਦਾ ਵੀ ਟਾਇਰ ਖਤਮ ਹੋ ਗਿਆ ਤੇ ਇਹਦਾ ਤੇ ਇਹਦਾ ਫਰਕ ਚੈੱਕ ਕਰ ਲਓ ਵੀ ਕਿੰਨਾ ਫਰਕ ਹੈ ਠੀਕ ਹੈ ਇਹ ਦੂਜਾ ਅਸੀਂ ਇਹਦੀ ਕਿੱਟ ਚੇਂਜ ਕਰ ਰਹੇ ਹਾਂ ਨੂੰ ਟਾਈ 4 ਚ ਕਨਵਰਟ ਕਰ ਰਿਹਾ ਤਾਂ ਹੀ ਮੈਂ ਕਾਲ ਕਰ ਲਿਓ ਨੰਬਰ ਚੱਲ ਰਿਹਾ ਤੇ ਲੋ ਵੀ ਦੋਸਤੋ ਫਾਈਨਲੀ ਅਸੀਂ ਪਹੁੰਚ ਗਏ ਹਾਂ ਅੰਮ੍ਰਿਤਸਰ ਤੇ ਇਹ ਹੈਗਾ 골ਡਨ ਗੇਟ ਅੰਮ੍ਰਿਤਸਰ ਦੀ ਐਂਟਰੈਂਸ ਤੇ ਇਹਦੇ ਨਾਲ ਹੀ ਬਾਈ ਹੁਣਾਂ ਦਾ ਸ਼ੋਰੂਮ ਹੈ ਹਾਰਡਲੀ ਕੋਈ 150 ਮੀਟਰ ਵੀ ਨਹੀਂ ਹੈਗਾ ਤੇ ਇਹ ਇੱਥੇ ਬਾਈ ਹੁਣਾਂ ਦਾ ਸ਼ੋਰੂਮ ਹੈ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਇਹ ਆ ਵਾਲਾ ਕ੍ਰੀਏਟਿਵ ਵੀਲਸ ਗੱਡੀ ਕਿਵੇਂ ਲੱਗਦੀ ਸੀ ਤੇ ਪਰ ਹੁਣ ਆਪਾਂ ਇਹ ਬਦਲ ਦਾਂਗੇ ਦੱਸਦਾਂ ਕਿ ਮੇਰੇ ਆਲਰੇਡੀ ਤਾਂ ਤੁਹਾਨੂੰ ਦੱਸਿਆ ਕਿ ਆਪਣੇ ਕੋਲ ਪਏ ਹੋਏ ਆ ਵੈਸੇ ਤਾਂ ਬਹੁਤ ਸੋਹਣੇ ਲੱਗਦੇ ਆ ਇਹ ਪਰ ਥੋੜੇ ਤੰਗ ਕਰਨ ਲੱਗ ਗਏ ਕਿਉਂਕਿ ਸਸਪੈਂਸ਼ਨ ਪਈ ਹੋਈ ਆ ਆਪਣੇ ਤੇ ਬਾਈ ਹੁਣਾਂ ਦੇ ਇੱਥੇ ਆਲਰੇਡੀ ਕਾਫੀ ਸੈਟਅਪ ਜਿਹੜਾ ਥਾਰ ਨੂੰ ਵੀ ਬਾਈ ਹੁਣੀ ਪਾ ਰਹੇ ਨੇ ਤੇ ਕਾਫੀ ਤਰ੍ਹਾਂ ਤੁਹਾਨੂੰ ਇਥੇ ਵੈਰਾਈਟੀ ਮਿਲ ਜੂਗੀ ਸਵਿਫਟ ਨੂੰ ਜਿਵੇਂ ਬਾਈ ਹੁਣੀ ਪਾ ਰਹੇ ਨੇ ਠੀਕ ਹੈ ਤੁਹਾਨੂੰ ਸਾਰੀ ਅੰਦਰ ਜਾ ਕੇ ਮੈਂ ਦਿਖਾਉਣਾ ਕਿੱਦਾਂ ਕਿੱਦਾਂ ਤੇ ਬਾਈ ਫਾਈਨਲੀ ਆਪਾਂ ਫਿਰ ਮੈਂ ਕਿਹਾ ਵੀ ਤੁਹਾਨੂੰ ਦੱਸ ਹੀ ਦਿੰਨੇ ਆ ਥਾਰ ਦੇ ਬਾਈ ਹੁਣਾਂ ਨੇ ਪਾਏ ਨੇ ਇਹਦੇ 20 ਇੰਚ ਪਾਏ ਨੇ ਥਾਰਾਂ ਵੀ ਦੋ ਹੋਰ ਫਿਟਿੰਗ ਵਾਸਤੇ ਆਈਆਂ ਹੋਈਆਂ ਨੇ ਸਵਿਫਟ ਦੇ ਬਾਈ ਹੁਣਾਂ ਨੇ ਪਤਾ ਨਹੀਂ ਕਿਹੜੇ ਡਿਜ਼ਾਈਨ ਕੀਤੇ ਨੇ ਮਹਾਰਾਜ ਕੀ ਹਾਲ ਹੈ ਠੀਕ ਠਾਕ ਬੜਾ ਰਸ਼ ਇਕੱਠਾ ਕੀਤਾ ਅੱਜ ਬਸ ਬਸ ਤੁਹਾਡੇ ਸਾਹਮਣੇ ਆ ਰਹੇ ਹਾਂ ਮਹਾਰਾਜ ਕੀ ਹਾਲ ਹੈ ਠੀਕ ਠੀਕ ਬਾਈ ਲੁੱਕ ਚੇਂਜ ਕਰ ਲਈ ਹੈ ਤੇ ਬਾਕੀ ਚੱਲੀ ਜਾਂਦਾ ਬਾਈ ਤੇ ਇਹ ਬਾਈ ਹੁਣਾਂ ਦਾ ਸਾਰਾ ਸ਼ੋਰੂਮ ਹੈ ਪਹਿਲਾਂ ਵੀ ਅਸੀਂ ਦੱਸਦੇ ਰਹਿੰਦੇ ਹਾਂ ਆਲਮੋਸਟ ਸਾਰੇ ਵੱਡੇ ਵੱਡੇ 26 ਇੰਚ ਛੋਟੀਆਂ ਗੱਡੀਆਂ ਸਾਰੀਆਂ ਹੀ ਉਹ ਵੀ ਮਿਲ ਜਾਣਗੇ ਬਾਕੀ ਬਾਈ ਮੈਨੂੰ ਠੀਕ ਠਾਕ ਹੋ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਗਰਮੀ ਦਾ ਆਨੰਦ ਮਾਣੀ ਜਾਂਦੇ ਹੋ ਗਰਮੀ ਬਹੁਤ ਹੋ ਗਈ ਸਰ ਬਹੁਤ ਜ਼ਿਆਦਾ ਹੋ ਗਈ ਹੈ ਨਾ ਹਾਂਜੀ ਤੇ ਮੈਂ ਜਿਹੜਾ ਤੁਹਾਡਾ ਨਾਲ ਮੇਰੀ ਫੋਨ ਤੇ ਗੱਲ ਹੋਈ ਸੀ ਵੀ ਉਹ ਵੈਸੇ ਤਾਂ ਬਾਈ ਮੈਂ ਮਿਲਾਵਾਂ ਪਹਿਲਾਂ ਬਾਈ ਨਾਲ ਆਪਣੇ ਕ੍ਰੀਏਟਿਵ ਵੀਲਸ ਅੰਮ੍ਰਿਤਸਰ ਵੈਸੇ ਸਾਰੇ ਪੰਜਾਬ 'ਚ ਹੀ ਫੇਮਸ ਨੇ ਤੁਸੀਂ ਐਨੀ ਟਾਈਮ ਆ ਸਕਦੇ ਹੋ ਤੇ ਬਾਈ ਆਪਣਾ ਵੈਸੇ ਕਿਹੜੀ ਜਗ੍ਹਾ ਤੇ ਸਟੋਰ ਵਾ ਤੇ ਵਿਊਸ ਨਵੇਂ ਜੁੜ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੋਣਾ ਕਿਹੜੇ ਨੂੰ ਆਪਣਾ ਭਾਜੀ ਅੰਮ੍ਰਿਤਸਰ ਸ਼ੋਰੂਮ ਹੈ 골ਡਨ ਗੇਟ ਦੇ ਲਾਗੇ ਕ੍ਰੀਏਟਿਵ ਵੀਲ ਐਂਡ ਟਾਇਰ ਦੇ ਨਾਮ ਤੋਂ ਜੀ ਸ਼ੋਰੂਮ ਆਪਣਾ ਤੇ ਆਪਣੇ ਕੋਲੇ ਸਾਰੀਆਂ ਗੱਡੀਆਂ ਦੇ ਟਾਇਰ ਲਾਏ ਮਿਲ ਜਾਂਦੇ ਆ ਜਿਮਨੀ ਟ੍ਰੈਂਡ ਤੇ ਉਹ ਵੀ ਮਿਲ ਜਾਂਦੇ ਆ ਹਾਂ ਉਹ ਵੀ ਸਾਰਾ ਕੁਝ ਸਾਰੇ ਮਿਲ ਜਾਂਦੇ ਆ ਤੇ ਬਾਈ ਨੂੰ ਮੈਂ ਆਲਰੇਡੀ ਫੋਨ ਕੀਤਾ ਸੀ ਤੇ ਬਾਈ ਕਹਿੰਦੇ ਵੀ ਸਾਡੇ ਕੋਲ ਅਵੇਲੇਬਲ ਆ ਮੈਂ ਪਹਿਲਾਂ ਹੀ ਡਿਸਾਈਡ ਕੀਤਾ ਸੀ ਐਰਕਾਂ ਵੀ ਜਦੋਂ ਮੈਂ ਲਾਸਟ ਟਾਈਮ ਮਾਰ ਕੇ ਕੀਤਾ ਸੀ ਵੀ ਆਪਾਂ ਐਰਕਾ 20 ਇੰਚ ਪਾਉਣਾ ਤੇ 20 ਇੰਚ ਕਿਹੜਾ ਸੀ ਵੀ ਟਾਈਪ 4 ਦਾ ਆਉਂਦਾ ਉਹ 18 ਇੰਚ ਆਉਂਦਾ ਵੈਸੇ ਟਾਈਪ 4 ਦਾ ਆਪਣੇ ਕੋਲ 20 ਇੰਚ ਵੀ ਮਿਲ ਜਾਂਦਾ ਹੈ ਨਾ ਆ ਗਿਆ ਆਪਾਂ ਨੂੰ ਬਿਲਕੁਲ ਬਿਲਕੁਲ ਤੇ ਕਿੱਥੇ ਆ ਫਿਰ ਮੈਨੂੰ ਦਿਖਾ ਦਿਓ ਮੜਾ ਜਾ ਆ ਰਿਹਾ ਸਾਹਮਣੇ ਲੱਗੇ ਆ ਸਾਰੇ ਅੱਛਾ ਮਤਲਬ ਵੈਸੇ ਇਹ ਵਾਲ ਕਿਹੜੀ ਹੈ ਇਹ ਸਾਰੇ ਆਪਣੀ ਗੱਡੀ ਦੇ ਹੀ ਆ ਅੱਛਾ 20 ਦੇ ਹੀ ਆ ਸਾਰੇ ਫੋਰਚੂਨਰ ਨੂੰ ਪੈ ਜਾਂਦੇ ਆ ਹਾਂ ਸਪੈਸ਼ਲੀ ਜੇ ਤੇ ਜੈਨੂਇਨ ਟਾਈਪ ਲੈਣਾ ਫਿਰ ਆ ਮਿਲ ਜੇਗਾ ਜਿੱਦਾਂ ਅੱਜ ਕੱਲ ਲੈਂਡ ਕਰੂਜ਼ਰ ਨੂੰ ਆ ਰਿਹਾ ਨਵਾਂ ਅੱਛਾ ਦੋਵੇਂ ਮਿਲ ਜਾਂਦੇ ਪਰ ਮੈਂ ਆ ਪਸੰਦ ਕੀਤਾ ਹੈ ਵੈਸੇ ਨਾ ਇਹ ਨਵੀਂ ਫੋਰਚੂਨਰ ਚ ਆ ਰਿਹਾ ਵਾ 18 ਇੰਚ ਦੇ ਵਿੱਚ ਹਾਂ ਮਤਲਬ ਇਹਨਾਂ ਓਰੀਜਨਲ ਲੁੱਕ ਰਹਿ ਜਾਂਦੀ ਆ ਤੇ ਉਹ ਲੈਂਡ ਰੋਵਰ ਦਾ ਹੈ ਨਾ ਬਿਲਕੁਲ ਬਿਲਕੁਲ ਠੀਕ ਹੈ ਮਤਲਬ ਦੋਵੇਂ ਆ ਵੈਸੇ ਪਰ ਮੈਂ ਇਹ ਬਾਈ ਪਸੰਦ ਕੀਤਾ ਹੈ ਬਾਈ ਕੋ ਇਹ ਮੰਗਾਇਆ ਸਪੈਸ਼ਲ ਮੈਂ ਫੋਨ ਕਰਕੇ ਤੇ ਬਾਕੀ ਇਹ ਸਾਰੇ ਵੈਸੇ ਫੋਰਚੂਨਰ ਨੂੰ ਪੈ ਜਾਂਦੇ ਆ ਤੇ ਮੈਂ ਬਾਕੀ ਤੁਹਾਨੂੰ ਦੱਸ ਦਿੰਦਾ ਇਹ ਬਾਈ ਵੈਸੇ ਕਿੰਨੇ ਕੁ ਤੋਂ ਸੈਟਅਪ ਸ਼ੁਰੂ ਹੋ ਜਾਂਦਾ ਵੈਸੇ ਵਿਊਜ਼ ਨੂੰ ਦੱਸ ਦਈਏ ਮਾੜਾ ਜਿਹਾ ਅਪਰੋਕਸੀਮੇਟਲੀ ਕੋਈ 50,000 ਤੋਂ ਲੈ ਕੇ 60,000 ਦੀ ਰੇਂਜ ਦੇ ਲਾਗੇ ਮਿਲ ਜਾਂਦੇ ਆ ਜਿੱਦਾਂ ਟੋਯੋਟਾ ਦੇ ਲੋਗੋ ਵਾਲੇ ਜਿੱਦਾਂ ਹੁੰਦੇ ਆ ਠੀਕ ਹੈ ਰੈਪਲੀਕਾ ਡਿਜ਼ਾਈਨ ਜਿਹੜੇ ਹੁੰਦੇ ਓਕੇ ਮਿਲ ਜਾਂਦੇ ਟਾਇਰ ਸਟਾਰਟ ਹੋ ਜਾਂਦਾ ਕੋਈ 10-20,000 ਦੇ ਰੇਂਜ ਦੇ ਵਿੱਚ ਟਾਇਰ ਮਿਲ ਜਾਂਦਾ ਉਹ ਡਿਪੈਂਡ ਕਰਦਾ ਆਪਾਂ ਕਿਹੜੀ ਕੰਪਨੀ ਦਾ ਲੈਣਾ ਕਿੱਦਾਂ ਹੈਗਾ ਕਿੱਦਾਂ ਲੈਣਾ ਠੀਕ ਹੈ ਤੇ ਬਾਕੀ ਬਾਈ ਮੈਂ ਤੁਹਾਨੂੰ ਆਪ ਹੀ ਗਾਈਡ ਕਰ ਦੂੰਗਾ ਬਾਈ ਥੋੜਾ ਬਿਜ਼ੀ ਹੈ ਅੱਜ ਕਿਉਂਕਿ ਰਸ਼ ਬਾਲਾ ਹੈ ਤੇ ਫਿਰ ਮੈਨੂੰ ਸੀ ਵੀ ਚੱਲ ਜ਼ਿਆਦਾ ਬਾਈ ਨੂੰ ਇੰਟਰੋਡਿਊਸ ਨਹੀਂ ਕਰਦੇ ਮੈਨੂੰ ਪਰ ਨਵੇਂ ਡਿਜ਼ਾਈਨ ਹੈ ਕਿ ਜ਼ਰੂਰ ਦਿਖਾ ਦਿਓ ਮੈਂ ਵੇਖੀ ਜਾਂਦਾ ਸੀ ਇੱਥੇ ਕਿ ਜਿੱਦਾਂ ਇਹ ਵੀ ਇੱਕ ਨਵਾਂ ਆ ਹਨਾ ਹਾਂਜੀ ਹਾਂਜੀ ਬਿਲਕੁਲ ਆ ਵੀ ਡਿਜ਼ਾਈਨ ਨਵਾਂ ਇੱਕ ਅੱਜ ਕੱਲ ਜਿੱਦਾਂ ਸਨੇਕ ਵਾਲਾ ਐਸ ਵਾਲਾ ਡਿਜ਼ਾਈਨ ਚੱਲਿਆ ਹੈ ਹੁਣ 20 ਇੰਚ ਦੇ ਵਿੱਚ ਵੀ ਆ ਗਿਆ ਵਾ ਅੱਛਾ ਇਹ ਵੀ ਹੈਗਾ ਹਾਂ ਇਹ ਵੀ ਡਿਜ਼ਾਈਨ ਠੀਕ ਹੈ ਇਹ ਓਰੀਜਨਲ ਵਗੈਰਾ ਹਨਾ ਆਪਣੇ ਕੋਲ ਇਹ ਵੀ ਹੈ ਥਾਰ ਦੇ ਵੀ ਇੱਕ ਦੋ ਆਪਸ਼ਨਾਂ ਤੁਹਾਨੂੰ ਵਿਖਾ ਦੇਣਾ ਠੀਕ ਹੈ ਇਹ ਵੀ ਚੀਜ਼ ਬੜੀ ਵਧੀਆ ਲੱਗ ਰਹੀ ਹੈ ਮੈਨੂੰ ਇਹ ਵੀ ਨਵਾਂ ਆ ਪਹਿਲਾਂ ਬਲੈਕ ਦੇ ਚ ਆਉਂਦਾ ਸੀ ਹੁਣ ਗ੍ਰੇ ਮਸ਼ੀਨ ਚ ਨਵਾਂ ਆ ਗ੍ਰੇ ਮਸ਼ੀਨ ਚ ਆ ਗਿਆ ਹਨਾ ਤੇ ਇੱਕ ਹੋਰ ਮੈਂ ਇੱਥੇ ਦੇਖ ਰਿਹਾ ਸੀ ਪਿਆ ਵੀ ਬੜਾ ਸੋਹਣਾ ਹੈ ਹਨਾ ਹਾਂਜੀ ਇਹ ਵੀ ਨਵਾਂ ਆਇਆ ਸਰ ਇਹ ਕਿੰਨੇ ਇੰਚ ਚ ਹੈ ਇਹ 20 ਇੰਚ ਚ ਆਇਆ ਤੇ 18 ਚ ਵੀ ਮਿਲ ਜਾਏਗਾ ਤੇ ਇਹ ਜਿਹੜਾ ਸਵਿਫਟ ਵਗੈਰਾ ਲਈ ਆ ਜਿੱਦਾਂ 17-18 ਦੇ ਵਿੱਚ ਮਿਲ ਜਾਂਦਾ ਸੇਮ ਇਹ ਸਵਿਫਟ ਦੇ ਵੈਸੇ ਕਿੰਨੇ ਕਿਤੇ ਮਿਲ ਜਾਂਦੇ ਆ ਵੀਲ ਟਾਇਰ ਕਿੰਨੇ ਕਿਤੇ ਸਾਰਾ ਉੱਕਾ ਪੁੱਕਾ ਪੈ ਜਾਂਦੇ ਆ ਉੱਕਾ ਪੁੱਕਾ ਕੋਈ 25-30,000 ਤੋਂ ਸਟਾਰਟ ਹੋ ਜਾਂਦੇ ਆ ਅਲੋਏ ਵੀਲ ਸ਼ੁਰੂ ਹੋ ਜਾਂਦੇ ਸਰ ਹਾਂਜੀ ਠੀਕ ਹੈ ਬਾਕੀ ਬਾਈ ਤੇ ਹੋਰ ਵੀ ਸੈਟਅਪ ਹੈਗਾ ਮੈਂ ਆ
ਹਾਰਟਸ ਕੰਪਨੀ ਦਾ ਵਹੀਲ ਹੈ ਵੀ ਵਾਪਸ ਆ ਗਿਆ ਇਹ ਵੀ ਵਾਪਸ ਆ ਗਿਆ ਇਸ ਕਰਕੇ ਬਾਈ ਸਾਰੇ ਮਿਲ ਜਾਣਗੇ ਵੱਡੇ ਵੀ ਮਿਲ ਜਾਣਗੇ ਤੁਹਾਨੂੰ 24-26 ਇੰਚ ਕਰੋਮ ਵੀ ਮਿਲ ਜੂਗਾ ਸਾਰੇ ਮਿਲ ਜਾਣਗੇ ਆ ਗਿਆ ਟਾਇਰ ਆਪਣੇ ਕੋਲ ਫਿਰ ਕਿਹੜੇ ਕਿਹੜੇ ਮਿਲ ਜਾਂਦੇ ਅੱਜ ਕੱਲ੍ਹ ਟਾਇਰ ਤੁਹਾਨੂੰ ਦਿਖਾ ਦੇਣਾ ਸਾਰੇ ਮਿਲ ਜਾਣਗੇ ਆਲਮੋਸਟ ਮੈਂ ਆਫ ਰੋਡ ਵਾਲੇ ਵੀ ਹੈਗੇ ਆ ਬਾਈ ਐਮਟੀ ਵੀ ਹੈਗੇ ਆ ਥਾਰ ਨੂੰ ਬਾਹਰ ਦਿਓ ਕਿਹੜੇ ਇੰਚ ਫਿੱਟ ਕੀਤੇ ਆ ਥਾਰ ਨੂੰ ਥਾਰ ਨੂੰ ਭਾਜੀ ਬਾਹਰ 20 ਇੰਚ ਫਿੱਟ ਕੀਤੇ ਆ ਲਾਇਬਲ ਟਾਇਰ ਇਹ ਕਿੰਨੇ ਕਿਤੇ ਪੈ ਜਾਂਦੇ ਆ ਆਈਡੀਆ 20 ਇੰਚ ਜੇ ਪਾਉਣੇ ਹੋਣ ਕਿਸੇ ਨੇ ਆਕਸੀਮੀਟਰ ਲਈ ਲੱਖ ਰੁਪਈਆ ਲੱਗਦਾ ਇਦਾਂ ਦੀ ਆਈਟਮ ਪੈ ਜਾਂਦੇ ਆ ਹਾਂਜੀ ਮਤਲਬ ਠੀਕ ਹੈ ਕੋਈ ਨਹੀਂ ਤੁਸੀਂ ਕਰਨਾ ਕੰਮ ਕਰ ਲਓ ਤੇ ਮੈਂ ਆਪੇ ਵਿਊਜ਼ ਨੂੰ ਦਿਖਾ ਦਿੰਦਾ ਠੀਕ ਹੈ ਬਾਕੀ ਬਾਈ ਹੁਣ ਬਾਈ ਥੋੜੇ ਬਿਜ਼ੀ ਆ ਮੈਂ ਕਿਹਾ ਚਲ ਆਪਣਾ ਕੰਮ ਕਰ ਲੈਣ ਮੈਂ ਹੀ ਦੱਸ ਦਿੰਦਾ ਕਿਉਂਕਿ ਅੱਜ ਅਸੀਂ ਮੈਂ ਰੈਂਡਮ ਹੀ ਆ ਗਿਆ ਸੀ ਬਾਈ ਨੂੰ ਫੋਨ ਕਰਕੇ ਕਿਉਂਕਿ ਕੱਲ ਨੂੰ ਆਪਾਂ ਚੰਡੀਗੜ੍ਹ ਜਾਣਾ ਜਿਮਨੀ ਦਾ ਸ਼ੂਟ ਸੀਗਾ ਕਿ ਲਾਈਕ ਉਹਨੂੰ ਕੋਟਿੰਗ ਵਗੈਰਾ ਕਿਵੇਂ ਕਰੀਦੀ ਆ ਕੀ ਸਿਸਟਮ ਹੈ ਤੇ ਇੱਥੇ ਬਾਈ ਹੁਣਾਂ ਕੋਲ ਤੁਹਾਨੂੰ ਸਾਰੀ ਵੈਰਾਈਟੀ ਮਿਲ ਜੂਗੀ ਆਲਮੋਸਟ ਕਾਲ ਕਰ ਲਿਓ ਕਾਲ ਕਰ ਲਿਓ ਨੰਬਰ ਚੱਲ ਰਿਹਾ ਤੇ ਕਿ ਤੁਸੀਂ ਕੋਈ ਵੀ ਡਿਟੇਲ ਲੈਣੀ ਆ ਕੀ ਸਿਸਟਮ ਆ ਬਾਕੀ ਮੈਂ ਫਿਟਿੰਗ ਕਰਾ ਕੇ ਹੁਣ ਤੁਹਾਨੂੰ ਦੱਸੂਗਾ ਮੈਂ ਵੈਸੇ ਡਿਸਾਈਡ ਕੀਤਾ ਵੀ ਯੋਕੋਹਾਮਾ ਦਾ ਟਾਇਰ ਪਾਊਂਗਾ ਨਾਲ ਤੇ ਇਹ 20 ਇੰਚ ਆਪਾਂ ਲੋਏ ਪਾ ਦਾਂਗੇ ਵੀ ਗੱਡੀ ਆਪਣੀ ਸਮੂਥ ਤੇ ਵਧੀਆ ਹੋ ਜੂਗੀ ਤੇ ਬਟ ਇਹਦੇ ਵਿੱਚ ਇਦਾਂ ਉਹ ਵੀ ਇੱਕ ਡਿਜ਼ਾਈਨ ਸੋਹਣਾ ਇਹ 22 ਇੰਚ ਵਾਲਾ ਸਾਰਾ ਰੈਕ ਪਿਆ ਇਹ ਥੋੜੇ ਜਿਹੇ ਕਾਸਟ ਵੱਧ ਜੂਗੀ ਇਹਨਾਂ ਦੀ ਆਈ ਥਿੰਕ ਹਨਾ ਤੇ ਤੁਸੀਂ ਫੋਨ ਤੇ ਗੱਲ ਕਰ ਲਿਓ ਬਾਕੀ ਡਿਜ਼ਾਈਨ ਵਗੈਰਾ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਜਿੱਦਾਂ ਉਹ ਛੋਟੇ 18 ਇੰਚ 'ਚ ਵੀ ਹੈਗੇ ਆ ਵੀ ਆਪਣਾ 18 ਹੀ ਆਉਂਦਾ ਸੀਗਾ ਤੇ ਇਸ ਕਰਕੇ ਇਹ ਵੀ ਬਾਈ ਹੁਣਾਂ ਕੋਲ ਇੱਥੇ ਤੁਹਾਨੂੰ ਮਿਲ ਜਾਣਗੇ ਸਾਰੇ ਤੇ ਇਹ ਸਾਰੇ ਡਿਜ਼ਾਈਨ ਹੀ ਪਏ ਨੇ ਇਸ ਕਰਕੇ ਇਹ ਚੀਜ਼ਾਂ ਨੇ ਟਾਇਰ ਤੁਹਾਨੂੰ ਸਾਰੇ ਬ੍ਰਾਂਡਸ ਦੇ ਗਰੰਟੀ ਵਾਰੰਟੀ ਵਾਲੇ ਜਿਹੜਾ ਕਿੱਦਾਂ ਇਹ ਅੱਜ ਕੱਲ੍ਹ ਨਵਾਂ ਚੱਲੀ ਜਾਂਦਾ ਇੱਕ ਹਨਾ ਇਹ ਵੀ ਤੁਹਾਨੂੰ ਇੱਥੇ ਮਿਲ ਜੂਗਾ ਮਤਲਬ ਆਲਮੋਸਟ ਸਾਰੇ ਹੀ ਚੀਜ਼ਾਂ ਇੱਥੇ ਤੁਹਾਨੂੰ ਮਿਲ ਜਾਣਗੀਆਂ ਅਤੇ ਹੁਣ ਕਰਾਉਂਦੇ ਹਾਂ ਆਪਾਂ ਫਿਟਿੰਗ ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਗੱਡੀ ਦੀ ਲੁੱਕ ਕਿਵੇਂ ਦੀ ਆਉਂਦੀ ਹੈ ਅਤੇ ਬਾਈ ਇੱਥੇ ਫਿਟਿੰਗ ਚੱਲ ਰਹੀ ਹੈ ਅਤੇ ਜਿਵੇਂ ਕਿ ਇਹ ਆਪਾਂ ਨੂੰ ਯੋਕੋਹਾਮਾ ਦਾ ਟਾਇਰ ਜਿਹੜਾ ਇਹਨੂੰ ਪਾ ਰਹੇ ਹਾਂ ਨਾਲ ਤੁਸੀਂ ਦੇਖ ਸਕਦੇ ਹੋ ਅਤੇ ਇਹ ਵਾਲੇ ਥੋੜ੍ਹੇ ਜਿਹੇ ਟਾਇਰ ਵਾਈਡ ਵੀ ਹੋ ਜਾਂਦੇ ਆ ਅਤੇ ਇਹ ਯੋਕੋਹਾਮਾ ਜਿਵੇਂ ਤੁਹਾਨੂੰ ਪਤਾ ਹੀ ਹੈ ਇੱਕ ਬੜਾ ਵਧੀਆ ਬ੍ਰਾਂਡ ਹੈ ਅਤੇ ਇਹ ਤੋਂ ਉੱਪਰ ਵੈਸੇ ਮਿਚਲਿਨ ਵੀ ਆਉਂਦਾ ਅਤੇ ਜਿਹੜਾ ਕਿ ਉਹਦਾ ਟਾਇਰ ਕਾਫੀ ਕੋਸਟਲੀ ਹੋ ਜਾਂਦਾ ਉਹਦਾ ਲੱਗਿਆ ਵੀ ਉਹਦੇ ਨਾਲੋਂ ਚੰਗਾ ਵੀ ਇਹ ਪਾਲਣੇ ਚਾਹੀਦੇ ਆ ਇਸ ਕਰਕੇ ਬਾਕੀ ਥਾਰ ਵਗੈਰਾ ਸਾਰਾ ਤੁਹਾਨੂੰ ਇੱਥੇ ਮਿਲ ਜੂਗਾ ਅਤੇ ਇਹ ਮੈਂ ਜਿਹੜਾ ਟਾਇਰ ਸਾਈਜ਼ ਪਵਾ ਰਿਹਾ ਬਾਈ ਇਹ ਟਾਇਰ ਸਾਈਜ਼ ਪਾ ਰਿਹਾ ਮੈਂ 285-50-20 ਪਾ ਰਿਹਾ ਠੀਕ ਹੈ ਇਸ ਕਰਕੇ ਇਹ ਸਾਈਜ਼ ਪਾ ਰਿਹਾ ਮੈਂ ਇਹਨਾਂ ਨੂੰ ਅਤੇ ਦੋਸਤੋ ਇਹ ਆਪਾਂ ਸਸਪੈਂਸ਼ਨ ਪਵਾਈ ਸੀ ਡਾਕਟਰ ਨੈਨੋ ਦੀ ਅਤੇ ਫਿਲਹਾਲ ਤਾਂ ਬੜੀ ਵਧੀਆ ਚੱਲੀ ਜਾਂਦੀ ਹੈ ਅਤੇ ਇੱਕ ਚੀਜ਼ ਹੋਰ ਦੱਸਦਾ ਮੈਂ ਹੁਣੇ ਪੜ੍ਹ ਕੇ ਹਟਿਆ ਵਾਂ ਕਿ ਬਾਈ ਹੁਣਾਂ ਕੋਲ ਆਥੋਰਾਈਜ਼ ਆ ਗਈ ਆ ਫਿਊਲ ਦੀ ਅਤੇ ਆਥੋਰਾਈਜ਼ ਡੀਲਰ ਨੇ ਬਾਈ ਇਹ ਪਹਿਲੇ ਲਾਈਕ ਬੋਰਡ ਲੱਗਿਆ ਪੰਜਾਬ ਦੇ ਵਿੱਚ ਇਸ ਕਰਕੇ ਤੁਸੀਂ ਬਾਈ ਹੁਣਾਂ ਕੋਲ ਉਹ ਵੀ ਸਸਤੇ ਰੇਟਾਂ 'ਤੇ ਚੀਜ਼ ਲੈ ਸਕਦੇ ਹੋ ਫਿਊਲ ਵਗੈਰਾ ਵੀ ਅਤੇ ਹੁਣ ਆਪਾਂ ਫਿੱਟ ਕਰਾਂਗੇ ਇਹਨੂੰ ਦੂਜੀ ਬਾਈ ਇਹ ਵੀਲ ਬੈਲੈਂਸਿੰਗ ਕਰਾਉਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਅਦਰਵਾਈਜ਼ ਤੁਹਾਡਾ ਟਾਇਰ ਇੱਕ ਬੰਨੇ ਉੱਡ ਜਾਂਦਾ ਹੈ ਉਹ ਇਸੇ ਕਰਕੇ ਉੱਡਦਾ ਦੂਜੀ ਅਲਾਈਨਮੈਂਟ ਹੁੰਦੀ ਹੈ ਜਿਹੜੀ ਕਿ ਉਹ ਬਾਅਦ 'ਚ ਕਰਨਗੇ ਅਤੇ ਦੋਸਤੋ ਇਹ ਵੇਟ ਹੁੰਦਾ ਜਿਹੜਾ ਕਿ ਮਸ਼ੀਨ 'ਤੇ ਫਿਰ ਵੇਖਦੇ ਆ ਵੀ ਕਿੰਨਾ ਕਿੰਨਾ ਲਾਉਣਾ ਇੱਥੇ ਆ ਜਾਂਦਾ ਵੀ ਕਿੱਧਰ ਜੇ ਲੱਗਣਾ ਕਿੱਥੇ ਜੇ ਲੱਗਣਾ ਸਾਰਾ ਚੈੱਕ ਕਰਦੇ ਆ ਫਿਰ ਇਹ ਲੋ ਵੀ ਦੋਸਤੋ ਆਪਣੇ ਆ ਗਏ ਆ ਲੋਏ ਜਿਹੜੇ ਆਪਾਂ ਇਹਨੂੰ ਦੇਖ ਰਹੇ ਹਾਂ ਇਹ ਵਾਲੇ ਆਪਾਂ ਡਿਸਾਈਡ ਕੀਤੇ ਆ ਤੁਸੀਂ ਵੀ ਦੱਸਿਓ ਕਿਵੇਂ ਦੇ ਲੱਗਿਆ ਬਾਕੀ ਚਾਰੇ ਫਿੱਟ ਹੁੰਦੇ ਆ ਫਿਰ ਦੱਸਦਾ ਦੋਸਤੋ ਇਹ ਤੁਸੀਂ ਫਰਕ ਦੇਖ ਸਕਦੇ ਹੋ ਟਾਇਰ ਥੋੜ੍ਹਾ ਜਿਹਾ ਬਾਹਰ ਵੀ ਆ ਗਿਆ ਇਹਦੇ ਨਾਲੋਂ ਕਿਉਂਕਿ ਉਹ ਚੌੜਾ ਹੋ ਗਿਆ ਹੋਰ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਇਹ ਐਂਗਲ ਤੋਂ ਅਤੇ ਥੋੜ੍ਹਾ ਜਿਹਾ ਟਾਇਰ ਬਾਹਰ ਆਇਆ ਨਾਲੇ ਇਹ ਫਰਕ ਪੈ ਗਿਆ ਹੁਣ ਥੋੜ੍ਹੀ ਉਹਦੀ ਗ੍ਰਿਪ ਵੀ ਵੱਧ ਗਈ ਹੈ ਟਾਇਰਾਂ ਦੀ ਇਹ ਚੀਜ਼ ਜਿਹੜੀ ਹੈ ਘੱਟ ਸੀ ਜਿਹਦੇ ਕਰਕੇ ਕਿ ਲੋਏ 'ਤੇ ਧੱਕਾ ਪੈਂਦਾ ਸੀ ਜ਼ਿਆਦਾ ਇਹ ਪੁਰਾਣੇ ਮੇਰੇ 305-40-22 ਪਾਏ ਹੋਏ ਸੀਗੇ ਠੀਕ ਹੈ ਇਹ ਉਹਦੀ ਜਿਹੜੀ ਐਕਚੁਅਲ ਦੇ ਵਿੱਚ ਜਿਹੜੀ ਪ੍ਰੋਫਾਈਲ ਹੈ ਆਹ ਉਹਦੀ ਪ੍ਰੋਫਾਈਲ ਹੈ ਦੇਖੋ ਕਿੰਨਾ ਫਰਕ ਪੈ ਗਿਆ ਠੀਕ ਹੈ ਇਸ ਕਰਕੇ ਇਹ ਫਰਕ ਹੈ ਜਿਹਦੇ ਕਰਕੇ ਟਾਇਰ ਨੂੰ ਘੱਟ ਝਟਕਾ ਪਊਗਾ ਥੋੜ੍ਹਾ ਵਧੀਆ ਚੱਲੂਗਾ ਅਤੇ ਜਿਹੜਾ ਟਾਇਰ ਸਾਈਜ਼ ਹੈਗਾ ਇਹ 285-50-20 ਪਾ ਰਿਹਾ ਮਤਲਬ 10 ਇਹਦੀ ਜਿਹੜੀ ਆ ਉਹ ਹੋਰ ਵਧਾ ਤੀ ਆਪਾਂ ਅਤੇ ਇਹਦੀ ਜਿਹੜੀ ਆ ਪ੍ਰੋਫਾਈਲ ਜਿਹੜੀ ਹੈ ਇਹਦੀ ਜਿਹੜੀ ਸੀ ਤੁਸੀਂ ਇਹ ਦੇਖ ਸਕਦੇ ਵੀ ਘੱਟ ਹੈ ਠੀਕ ਹੈ ਇਹਦੀ 40 ਸੀਗੀ ਬਾਈ ਜੇ ਤੁਸੀਂ ਅਲਾਈਨਮੈਂਟ ਨਾ ਕਰਾਓਗੇ ਨਾ ਤਾਂ ਟਾਇਰ ਦਾ ਆਹ ਹਾਲ ਹੋ ਜਾਂਦਾ ਮਤਲਬ ਇਹ ਸਾਈਡ ਉੱਡ ਗਈ ਸਾਰੀ ਇਹਦੀ ਧਿਆਨ ਨਹੀਂ ਰਿਹਾ ਕਿਉਂਕਿ ਚੱਲਦੀ ਗੱਡੀ ਜ਼ਿਆਦਾ ਸੀਮੈਂਟ ਵਾਲੇ ਇਹਦੇ 'ਤੇ ਵੱਧ ਉੱਡਦਾ ਇਹ ਸਾਰਾ ਖਾ ਗਿਆ ਮੇਰਾ ਇੱਕ ਚੱਕਰ 'ਚ ਹੀ ਬਠਿੰਡਾ ਅੰਮ੍ਰਿਤਸਰੋਂ ਬਠਿੰਡਾ ਬਠਿੰਡੇ ਚੰਡੀਗੜ੍ਹ ਤੋਂ ਵਾਪਸ ਅੰਮ੍ਰਿਤਸਰ ਆਇਆ ਅਤੇ ਉੱਡ ਗਿਆ ਇੰਨਾ ਟਾਇਰ ਦੇਖ ਲਓ ਤੁਸੀਂ ਕੀ ਹਾਲ ਆ ਐਕਚੁਅਲ 'ਚ ਟਾਇਰ ਦੀ ਕੰਡੀਸ਼ਨ ਇਹ ਸੀ ਕਿੰਨੀ ਗ੍ਰਿਪ ਸੀਗੀ ਇਹਦੀ ਲਾਈਕ ਕਿੰਨੀ ਗੁੱਟੀ ਸੀ ਅਤੇ ਐਕਚੁਅਲੀ ਟਾਇਰ ਪਤਾ ਕਿਵੇਂ ਲੱਗਦਾ ਵੀ ਟਾਇਰ ਖਤਮ ਹੋ ਗਿਆ ਇਹ ਹੁੰਦੇ ਆ ਟਾਇਰ ਦੇ ਵਿੱਚ ਇੱਦਾਂ ਦੇ ਠੀਕ ਹੈ ਇਹਦੇ ਬਰਾਬਰ ਹੋ ਜਾਂਦਾ ਅਤੇ ਸਮਝ ਲਓ ਟਾਇਰ ਖਤਮ ਆ ਚੇਂਜ ਕਰਨਾ ਪੈਣਾ ਤੁਹਾਨੂੰ ਇਸ ਕਰਕੇ ਛੋਟੇ ਛੋਟੇ ਨੁਕਤੇ ਹੁੰਦੇ ਇੱਕ ਚੀਜ਼ ਹੋਰ ਦਿਖਾਉਣਾ ਇਹ ਟਾਇਰਾਂ ਦਾ ਫਰਕ ਆ ਗਿਆ ਇਹ ਆਪਾਂ ਐਕਚੁਅਲ ਦੇ ਵਿੱਚ ਜਿਹੜਾ ਲਾਇਆ ਅਤੇ ਇਹਦਾ ਅਤੇ ਇਹਦਾ ਫਰਕ ਚੈੱਕ ਕਰ ਲਓ ਵੀ ਕਿੰਨਾ ਫਰਕ ਹੈ ਠੀਕ ਹੈ ਇਸ ਕਰਕੇ ਇਹਦੇ ਟਾਇਰ ਵੱਡੇ ਕਰਨ ਨਾਲ ਤੁਹਾਡੇ ਗੱਡੀ 'ਤੇ ਵੀ ਇਫੈਕਟ ਪੈਂਦਾ ਇਹ ਇੰਨਾ ਫਰਕ ਇਹ ਬਾਈ ਸੀਗਾ ਉਹ 20 ਇੰਚ ਹੈ ਇਸ ਕਰਕੇ ਇਹਦੀ ਹੁਣ ਇਹ ਚੀਜ਼ ਵੀ ਘੱਟ ਗਈ ਜਿਹੜੀ ਕਿ ਮੇਨ ਗੱਲ ਹੈਗੀ ਹੈ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਵੀਡੀਓ ਤੁਹਾਨੂੰ ਇੱਥੋਂ ਪਤਾ ਲੱਗ ਜੂਗਾ ਬਰਾਬਰ ਰੱਖ ਕੇ ਠੀਕ ਹੈ ਅਤੇ ਲਓ ਵੀ ਦੋਸਤੋ ਦੱਸੋ ਕਿਵੇਂ ਦੇ ਲੱਗੇ ਆ ਅਤੇ ਬਾਕੀ ਸਿਰਫ ਅਲਾਈਨਮੈਂਟ ਰਹਿ ਗਈ ਆ ਆਪਣੀ
ਬਾਕੀ ਤੁਸੀਂ ਕਮੈਂਟਾਂ ਦੱਸਿਓ ਹੁਣ ਨਾ ਤੇ ਟਾਇਰ ਨਾਲ ਲੱਗੂਗਾ ਨਾ ਆਪਾਂ ਨੂੰ ਚਲਾਉਣ ਲੱਗਿਆਂ ਵੇਖਣਾ ਪਊਗਾ ਭਾਵੇਂ ਜਿੰਨੀ ਮਰਜ਼ੀ ਸਪੀਡ 'ਤੇ ਚਲਾ ਲਿਓ ਜਿੰਨੀ ਮਰਜ਼ੀ ਇਹ ਨਹੀਂ ਵੀ ਨਜਾਇਜ਼ ਪਰ ਸੋਚ ਸਮਝ ਕੇ ਪਰ ਇਹ ਮੇਰੀ ਮੈਨੂੰ ਪਸੰਦ ਸੀਗੇ ਅਤੇ ਐਕਚੁਅਲ 'ਚ ਮੈਂ ਇਹ ਚੂਜ਼ ਕਰਕੇ ਫਿਰ ਪਾਏ ਆ ਤੁਸੀਂ ਵੀ ਦੱਸਿਓ ਤੁਹਾਨੂੰ ਕਿਵੇਂ ਲੱਗੇ ਅਤੇ ਦੋਸਤੋ ਅੱਗੇ ਜਿਹੜੀ ਸੀਗੀ ਅੱਗੇ ਕੀਤੀ ਸੀ ਵੀਲ ਬੈਲਸਿੰਗ ਹੁਣ ਕਰ ਰਹੇ ਹਾਂ ਅਲਾਈਨਮੈਂਟ ਕਿ ਟਾਇਰ ਜਿਹੜੇ ਨੇ ਇੱਕੋ ਸਾਈਜ਼ ਦੇ ਵਿੱਚ ਇਹਨਾਂ ਦੀ ਇੱਥੇ ਮਸ਼ੀਨ ਲੱਗੀ ਹੋਈ ਹੈ ਜਿਹਦੇ ਵਿੱਚ ਕਿ ਇਹ ਵੀ ਜ਼ਰੂਰੀ ਹੈ ਇਹ ਆਲਮੋਸਟ ਤੁਸੀਂ 5,000 ਕਿਲੋਮੀਟਰ ਚਲਾ ਕੇ ਗੱਡੀ 'ਤੇ ਜ਼ਰੂਰ ਕਰਾ ਲਿਆ ਕਰੋ ਕਿਉਂਕਿ ਇਹ ਬਹੁਤ ਜ਼ਰੂਰੀ ਚੀਜ਼ ਹੈ ਟਾਇਰ ਇਹਦੇ ਨਾਲ ਉੱਡਦੇ ਆ ਠੀਕ ਹੈ ਇਸ ਕਰਕੇ ਜਿਹੜਾ ਇੱਕ ਬੰਨੇ ਟਾਇਰ ਉੱਡ ਜਾਂਦਾ ਜਾਂ ਸਟੇਰਿੰਗ ਤੁਹਾਡਾ ਇੱਕ ਬੰਨੇ ਖਿੱਚਦਾ ਉਹ ਇਸ ਚੀਜ਼ ਕਰਕੇ ਹੁੰਦਾ ਅਲਾਈਨਮੈਂਟ ਕਰਾ ਲਿਆ ਕਰੋ ਕੋਈ 400-500 ਰੁਪਇਆ ਹੀ ਲੱਗਦਾ ਇਹਦਾ ਜ਼ਿਆਦਾ ਨਹੀਂ ਲੱਗਦਾ ਕਿਉਂਕਿ ਸਸਤੇ 'ਚ ਵੀ ਕਰ ਦਿੰਦੇ ਆ ਅਤੇ ਦੋਸਤੋ ਫਾਈਨਲੀ ਬਾਈ ਨੇ ਬੜਾ ਵਧੀਆ ਮੈਨੂੰ ਸੁਜੈਸ਼ਨ ਦਿੱਤਾ ਸੀ ਇਸ ਕਰਕੇ ਅਸੀਂ ਉਹ ਪਵਾ ਲਿਆ ਦੂਜੀ ਗੱਲ ਸੀ ਵੀ ਅਸੀਂ ਜਿਵੇਂ ਕਿ ਉਹਦੀ ਲੁੱਕ ਚੇਂਜ ਕਰ ਰਹੇ ਹਾਂ ਟਾਈਪ 4 'ਚ ਕਨਵਰਟ ਕਰ ਰਹੇ ਹਾਂ ਤਾਂ ਉਹੀ ਸੋਹਣਾ ਲੱਗ ਰਿਹਾ ਕਾਫੀ ਸੋਹਣਾ ਲੱਗਾ ਹੈ ਨਾ ਬਾਈ ਮੈਨੂੰ ਕਹਿੰਦਾ ਸੀ ਵੈਸੇ ਬਾਈ ਲਾ ਕੇ ਵੀ ਚੰਗਾ ਨਹੀਂ ਲੱਗਦਾ ਪਰ ਉਹ ਸੋਹਣਾ ਲੱਗਿਆ ਬਿਕੋਜ਼ ਆਫ ਕਿ ਯੋਕੋਹਾਮਾ ਦੇ ਟਾਇਰ ਪਾਏ ਨੇ ਆਪਾਂ ਨਾਲ ਅਤੇ ਬਾਕੀ ਤਾਂ ਬਾਈ ਹੁਣ ਇਹ 'ਚ ਕੁਛ ਚੀਜ਼ਾਂ ਕਲੀਅਰ ਕਰ ਦਿਓ ਵੀ ਲਾਈਕ ਹੋਰ ਕੀ ਸੁਜੈਸ਼ਨ ਹੁੰਦੀ ਹੈ ਵੈਸੇ ਆਪਣੇ ਕੋਲ 18 ਲੋਕ ਪਾਉਂਦੇ ਜਾਂ ਫੋਰ ਤੁਹਾਨੂੰ ਕਿਹੜਾ ਸੂਟੇਬਲ ਰਹਿੰਦਾ ਸੂਟੇਬਲ ਤਾਂ ਵੇਖੋ ਉਹ 18 ਹੀ ਰਹਿੰਦਾ ਵਾ ਬਟ ਜੇ ਲੁੱਕ ਵਾਈਜ਼ ਵੇਖੀਏ ਫਿਰ 20-22 ਇੰਚੀ ਸੋਹਣਾ ਲੱਗਦਾ ਸੋਹਣਾ ਲੱਗਦਾ ਅਤੇ ਬਾਈ ਜਿਹੜਾ ਥੋੜ੍ਹਾ ਜਿਹਾ ਸੋਚ ਕੇ ਚਲਾਉਣਾ ਪੈਂਦਾ ਅਤੇ 20 ਕੋਈ ਪਰਵਾਹ ਨਹੀਂ ਹੈ ਨਾ ਵੈਸੇ 20 'ਚ ਕੋਈ ਨਾ ਕੇਅਰ ਕਰਨ ਦੀ ਲੋੜ ਨਹੀਂ ਹੈ 22 ਦੇ ਵਿੱਚ ਹੁਣ ਜਿੱਦਾਂ ਤੁਸੀਂ ਵੀ ਚਲਾਈ ਆ ਇੱਕ ਅੱਧਾ ਵੀਲ ਤੁਹਾਡਾ ਵੀ ਜਿੱਦਾਂ ਹੁਣ ਬੈਂਡ ਹੋਇਆ ਮਾੜਾ ਮੋਟਾ ਹਾਂ ਥੋੜ੍ਹਾ ਜਿਹਾ ਕਿ ਦੇਖ ਕੇ ਚਲਾਉਣਾ ਪੈਂਦਾ ਘੰਟੇ ਵਗੈਰਾ ਅਤੇ ਉਹਦਾ ਥਾਰ ਵਗੈਰਾ ਨੂੰ ਵੀ 20 ਇੰਚ ਸੁਜੈਸਟ ਕਰਦੇ ਹੋ ਕਿਹੜੇ ਕਿਹੜੇ ਲਈ ਵਧੀਆ ਥਾਰ ਲਈ 20 ਇੰਚ ਸਹੀ 20 ਹੀ ਸਹੀ ਲੱਗਦਾ ਠੀਕ ਹੈ ਨਾਰਮਲੀ ਮਤਲਬ ਐਸਯੂਵੀਜ਼ ਨੂੰ ਜਿੱਦਾਂ ਮਤਲਬ 20 ਇੰਚ ਘੱਟੋ ਘੱਟ ਜੱਜਦਾ ਹੀ ਆ ਫਿਰ ਫਾਇਦਾ ਕੋਈ ਨਹੀਂ ਪਾਉਂਦਾ ਠੀਕ ਹੈ ਅਤੇ ਬਾਕੀ ਬਾਈ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਿਆ ਅਤੇ ਕਿੰਨੇ ਤੋਂ ਕਿੰਨੇ ਆਪਾਂ ਅਵੇਲੇਬਲ ਹੁੰਦੇ ਆ ਸੰਡੇ ਓਪਨ ਹੁੰਦੇ ਆ ਕਿ ਨਹੀਂ ਹੁੰਦੇ ਸੰਡੇ ਵੀ ਸਰ ਓਪਨ ਹੁੰਦਾ ਆਪਣਾ 10 ਤੋਂ ਲੈ ਕੇ 5 ਵਜੇ ਤੱਕ ਸ਼ੋਰੂਮ ਓਪਨ ਹੁੰਦਾ ਸੰਡੇ ਨੂੰ ਠੀਕ ਹੈ ਬਾਕੀ ਵੀਕਡੇਜ਼ ਵਿੱਚ ਤੇ ਆਪਾਂ 10 ਵਜੇ ਤੋਂ ਲੈ ਕੇ 8 ਵਜੇ ਤੱਕ ਹੁੰਦੇ ਠੀਕ ਹੈ ਬਾਈ ਥੈਂਕ ਯੂ ਬਾਈ ਓਕੇ ਸਰ ਥੈਂਕ ਯੂ ਲੋ ਵੀ ਦੋਸਤੋ ਪ੍ਰੋਪਰ ਰੈਡੀ ਹੋ ਗਈ ਆ ਗੱਡੀ ਤੇ ਹੁਣ ਦੱਸੋ ਕਿਵੇਂ ਲੱਗ ਰਿਹਾ 20 ਇੰਚ ਅਤੇ ਇਸ ਕਰਕੇ ਬਾਈ ਲਵਾਏ ਸੀ ਵੀ ਨਾਲ ਲੱਗਦੇ ਸੀ ਟਾਇਰ ਪ੍ਰੋਫਾਈਲ ਘੱਟ ਹੀ ਸੋਚ ਕੇ ਚਲਾਉਣੀ ਪੈਂਦੀ ਸੀ ਪਰ ਇਹ ਹੁਣ ਆਪਾਂ ਨੂੰ ਸੋਚ ਕੇ ਚਲਾਉਣ ਦੀ ਲੋੜ ਨਹੀਂ ਹੈਗੀ ਇਸ ਕਰਕੇ ਓਕੇ ਰਿਪੋਰਟ ਹੈ ਹੁਣ ਚੈੱਕ ਕਰਿਓ ਦੋਸਤੋ ਫੇਰ ਸਟੇਅਰਿੰਗ ਬਹੁਤ ਹੀ ਸਮੂਥ ਹੋ ਗਿਆ ਅਤੇ ਲਾਈਕ ਹੁਣ ਪ੍ਰੋਪਰ ਗੱਡੀ ਕੰਫਰਟ 'ਚ ਆ ਗਈ ਹੈ ਵੈਸੇ ਅਤੇ ਕੋਈ ਹੁਣ ਪ੍ਰੋਬਲਮ ਵਾਲੀ ਗੱਲ ਨਹੀਂ ਤਾਂ ਅੱਗੇ ਸਟੇਅਰਿੰਗ ਭਾਰਾ ਸੀ 22 ਇੰਚ ਨਾਲ ਅਤੇ ਲਾਈਕ ਚਲਾਉਣੀ ਵੀ ਧਿਆਨ ਨਾਲ ਪੈਂਦੀ ਸੀ ਵੀ 100 ਤੋਂ ਉੱਤੇ ਨਹੀਂ ਚਲਾਉਣੀ ਇਹ 'ਚ ਹੁਣ ਕੋਈ ਚੱਕਰ ਨਹੀਂ ਪ੍ਰੋਪਰ ਸਟੇਅਰਿੰਗ ਸਮੂਥ ਹੈ ਅਤੇ ਲਾਈਕ ਬਹੁਤ ਹੀ ਲਾਈਕ ਵਧੀਆ ਕੰਫਰਟ ਫੀਲ ਆ ਰਹੀ ਹੈ ਅਤੇ ਇਸ ਕਰਕੇ 20 ਹੀ ਮੈਂ ਸੁਜੈਸਟ ਕਰਦਾ ਕਿ ਤੁਸੀਂ 20 ਇੰਚ ਹੀ ਪਵਾਇਆ ਕਰੋ ਬਲਾ ਇੱਕ 22 ਵਾਲੇ ਬੰਨੇ ਨਾ ਜਾਇਓ ਠੀਕ ਹੈ ਅਤੇ ਪਰ ਹਾਂ ਜਿਹੜੇ ਜਾਣਾ ਚਾਹੁੰਦੇ ਜਿਹੜੇ ਜਾਂਦੇ ਨੇ ਅਤੇ ਉਹ ਕਿਉਂਕਿ ਮੈਂ 8 ਮਹੀਨੇ ਦਾ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਕਿ ਮੈਨੂੰ ਨਹੀਂ ਉਹ ਵਧੀਆ ਲੱਗੀ ਚੀਜ਼ ਕਿ ਕਿਉਂਕਿ ਥੋੜ੍ਹੀ ਡੇਂਜਰਸ ਹੈ ਅਤੇ ਬਟ ਹਾਂ ਜਿਹਨੇ ਸ਼ਹਿਰ 'ਚ ਘੁੰਮਣਾ ਲੋਕਲ ਚਲਾਉਣੀ ਹੈ ਉਹਦੇ ਵਾਸਤੇ ਠੀਕ ਹੈ ਮਤਲਬ ਜਿਹੜਾ ਕਿ ਚਲਾ ਸਕਦਾ ਵਾ 100 ਤੋਂ ਥੱਲੇ ਥੱਲੇ ਅਤੇ ਲੋਕਲੀ ਚਲਾਉਣੀ ਹੈ ਪਰ ਹਾਂ ਜਿਹਨੇ ਰੋਜ਼ ਹਾਈਵੇ 'ਤੇ ਟਰੈਵਲ ਕਰਨਾ ਜਿਹਨੇ ਥੋੜ੍ਹੀ ਰਫ ਚਲਾਉਣੀ ਹੈ ਅਤੇ ਆਪਣੀਆਂ ਸੜਕਾਂ ਵੀ ਉੱਦਾਂ ਦੀਆਂ ਇਸ ਕਰਕੇ 20 ਹੀ ਵਧੀਆ ਹੈ ਜੇ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਹੋ ਅਤੇ ਬਾਕੀ ਇਹ ਤੁਹਾਨੂੰ ਕਿਵੇਂ ਲੱਗੀ ਹੈ ਵੀਡੀਓ ਤੁਸੀਂ ਜ਼ਰੂਰ ਦੱਸਿਓ ਵਲੌਗ ਅਤੇ ਮੇਰੀ ਤਾਂ ਤੁਹਾਨੂੰ ਵਧੀਆ ਲੱਗਿਆ ਹੋਊਗਾ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਹੁਣ ਇੱਕ ਨਵੇਂ 2-4 ਵਲੌਗ ਹੋਰ ਵੀ ਆਉਣਗੇ ਜਿਹਦੇ ਵਿੱਚ ਕਿ ਅਸੀਂ ਇੱਕ ਮਿਊਜ਼ਿਕ ਸਿਸਟਮ ਵਗੈਰਾ ਵੀ ਅਪਗ੍ਰੇਡ ਕਰ ਰਹੇ ਹਾਂ ਅਤੇ ਦੂਜਾ ਅਸੀਂ ਇਹਦੀ ਕਿੱਟ ਚੇਂਜ ਕਰ ਰਹੇ ਹਾਂ ਟਾਈਪ 4 'ਚ ਕਨਵਰਟ ਕਰ ਰਿਹਾ ਤਾਂ ਹੀ ਮੈਂ ਸੋਚਿਆ ਕਿ ਹੁਣ ਓਰੀਜਨਲ ਲੁੱਕ 'ਚ ਹੀ ਜਾਂਦੇ ਹਾਂ ਅਤੇ ਬਾਕੀ ਇੱਦਾਂ ਹੀ ਪਿਆਰ ਦਿੰਦੇ ਰਹੋ ਸਨੈਪਚੈਟ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਦਿਆ_ਕਰਨ ਦੇ ਨਾਮ ਦੇ ਉੱਤੇ ਥੈਂਕ ਯੂ ਸੋ ਮੱਚ ਬਾਏ ਟੇਕ ਕੇਅਰ